ਬਹੁਤ ਵਧੀਆ ਲਾਗ੍ਰੀਆ ਸਰ ਸਾਨੂੰ ਫਿਜ਼ੀਕਲ ਟ੍ਰੇਨਿੰਗ ਦੇ ਨਾਲ ਨਾਲ ਸਟੱਡੀ ਵੀ ਕਰਵਾ ਰਹੇ ਆ ਫ੍ਰੀ ਆਫ ਕਾਸਟ ਜੋ ਕਿ ਸਾਡੇ ਲਈ ਬਹੁਤ ਵਧੀਆ ਵਾ ਪਹਿਲਾਂ ਅਸੀਂ ਫਿਜ਼ੀਕਲ ਟ੍ਰੇਨਿੰਗ ਕਰਦੇ ਸੀਗੇ ਆਈਟੀਆਈ ਪੁਲਿਸ ਲਾਈਨ ਦੇ ਵਿੱਚ ਉੱਥੇ ਵੀ ਸਾਨੂੰ ਸਰ ਬਹੁਤ ਵਧੀਆ ਗਾਈਡ ਕਰਦੇ ਸੀਗੇ ਹੁਣ ਸਾਨੂੰ ਇੱਥੇ 10 ਜੁਲਾਈ ਤੋਂ ਫਿਰ ਤੋਂ ਸਟਾਰਟ ਕੀਤੀ ਹੋਈ ਹੈ ਟ੍ਰੇਨਿੰਗ ਸਰ ਅਸੀਂ ਇਹਨਾਂ ਦੇ ਸਰ ਦੇ ਫੇਸਬੁੱਕ ਪੇਜ ਤੇ ਵੇਖਿਆ ਸੀਗਾ ਬਾਕੀ 2 ਸਾਲ ਪਹਿਲਾਂ ਸਰ ਸਾਡੇ ਨਾਲ ਜੁੜੇ ਹੋਏ ਆ ਸਭ ਬਹੁਤ ਵਧੀਆ ਲੱਗ ਰਿਹਾ ਕੁਸ਼ਕ ਬੱਚੇ ਸਾਡੇ ਵਿੱਚੋਂ ਹੋਰ ਮੇਰੀਆਂ ਭੈਣਾਂ ਔਰ ਭਰਤੀ ਹੋ ਗਈਆਂ ਹਨ ਤੇ ਸਾਨੂੰ ਆਸ ਅਸੀਂ ਵੀ ਭਰਤੀ ਹੋਵਾਂਗੇ ਇੰਨਾ ਨਾਲ ਪਿਛਲੇ ਅਸੀਂ ਜਦੋਂ ਪਹਿਲੀ ਕੋਚਿੰਗ ਜਿਹੜੀ 7-800 ਬੱਚਾ ਸੀ ਜਿਹਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਨੰਬੂਲੇ ਜੀ ਉਹਨਾਂ ਦੀ ਵਾਈਫ ਵੀ ਜਿਹੜੀ ਹੈ ਉਹਨਾਂ ਨੇ ਵੀ ਤਿਆਰੀ ਕਰਵਾਈ ਬੱਚਿਆਂ ਨੂੰ ਤਾਂ ਉਹਨਾਂ ਦੇ ਨਾਲ ਅਸੀਂ ਜਿਹੜੀ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਦੀ ਜਿਹੜੀ ਲਿਖਤੀ ਪ੍ਰੀਖਿਆ ਹੈਗੀ ਆ ਉਹਦੀ ਤਿਆਰੀ ਕਰਵਾਈ ਸੀ ਹੁਣ ਉਸ ਤੋਂ ਬਾਅਦ ਕੁਝ ਬੱਚੇ ਜਿਹੜੇ ਆ ਸਾਡੇ ਹੁਣ ਕੰਟੈਕਟ ਵਿੱਚ ਹੈਗੇ ਆ ਉਹਨਾਂ ਨੂੰ ਵੀ ਮੈਂ ਜਿਹੜਾ ਹੈਗਾ ਉਹਨਾਂ ਨੂੰ ਜਿਹੜੀ ਰਿਟਰਨ ਤਿਆਰੀ ਹੈਗੀ ਆ ਜਨਰਲ ਨੌਲੇਜ ਦਾ ਉਹ ਤਿਆਰੀ ਕਰਵਾ ਰਿਹਾ ਹੈਗਾ ਤੇ ਤਾਂ ਕਿ ਸਤਨਾਮ ਜੀ ਨੂੰ ਹੋਰ ਹੌਸਲਾ ਮਿਲੇ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਐਸਆਈ ਸਤਨਾਮ ਸਿੰਘ ਜੀ ਦਾ ਤੇ ਦੂਸਰੇ ਸਰ ਸਾਡੇ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਈ ਆ ਤੇ ਮੈਂ ਉਹਨਾਂ ਦਾ ਬਹੁਤ ਰਹਿਣੀ ਆ ਜੀ ਜਿਨ੍ਹਾਂ ਦੇ ਅੱਜ ਮਿਹਨਤ ਦੇ ਸਦਕਾ ਮੈਂ ਐਸਆਈ ਦਾ ਇਗਜ਼ਾਮ ਕਲੀਅਰ ਕਰ ਲਿਆ ਵਾ ਜੀ ਦੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਮੇਰੇ ਇਲਾਕੇ ਨੂੰ ਮੇਰੇ ਘਰ ਮਾਪਿਆਂ ਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਆ ਜੀ ਮੈਨੂੰ ਸ਼ੌਂਕ ਕਹਿ ਲਓ ਜਾਂ ਸੇਵਾ ਭਾਵਨਾ ਮੇਰੇ ਪਰਿਵਾਰ ਤੋਂ ਕਹਿ ਲਓ ਸ਼ੁਰੂ ਤੋਂ ਹੀ ਮਿਲੀ ਹੋਈ ਆ ਇਹ ਚੀਜ਼ ਇਦਾਂ ਵੀ ਜਦੋਂ ਤੋਂ ਕੋਵਿਡ ਲੱਗਿਆ ਉਹਦੇ ਦੌਰਾਨ ਇਹ ਚੀਜ਼ ਥੋੜੀ ਜੀ ਅਸੀਂ ਹਾਈਲਾਈਟ ਹੋ ਗਈ ਉਹ ਕਿਦਾਂ ਹਾਈਲਾਈਟ ਹੋ ਗਈ ਵੀ ਅਸੀਂ ਦੇਖਿਆ ਜਦੋਂ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕਰਨੀ ਪਈ ਸਾਨੂੰ ਕੋਵਿਡ ਦੇ ਦੌਰਾਨ ਘਰੋਂ ਨਿਕਲਣਾ ਵੀ ਬਾਹਰ ਹੋਇਆ ਸੀ ਲੋਕਾਂ ਨੂੰ ਮੁਹਾਰ ਹੋਇਆ ਪਿਆ ਸੀਗਾ ਲੋਕਾਂ ਤੱਕ ਖਾਣਾ ਪਹੁੰਚਾਉਣਾ ਵੀ ਬਹੁਤ ਔਖਾ ਸੀਗਾ ਲੋਕ ਘਰੋਂ ਬਾਹਰ ਨਹੀਂ ਸੀ ਨਿਕਲ ਸਕਦੇ ਫਿਰ ਉਸ ਟਾਈਮ ਇਹਨਾਂ ਚੀਜ਼ਾਂ ਨੂੰ ਅਸੀਂ ਫੇਸਬੁੱਕ ਤੇ ਥੋੜਾ ਜਦੋਂ ਐਕਟਿਵ ਹੋਏ ਪਾਇਆ ਸੋਸ਼ਲ ਮੀਡੀਆ ਤੇ ਫਿਰ ਉਸ ਤੋਂ ਬਾਅਦ ਇਹ ਫਰਦਰ ਗਾਂ ਜਾਂਦੀਆਂ ਜਾਂਦੀਆਂ ਕਾਫੀ ਦੂਰ ਤੱਕ ਜਿਹੜੀਆਂ ਸਾਡੀਆਂ ਸੋਸ਼ਲ ਵਰਕ ਦੀਆਂ ਜਿਹੜੀਆਂ ਵੀਡੀਓ ਅਪਲੋਡ ਹੋਈਆਂ ਲੋਕਾਂ ਨੇ ਪਸੰਦ ਕੀਤਾ ਇਸ ਚੀਜ਼ ਨੂੰ ਸ਼ਾਬਾਸ਼ ਦਿੱਤੀ ਐਪਰੀਸ਼ੀਏਟ ਕੀਤਾ ਤੇ ਇਹ ਰੁਟੀਨ ਉਦੋਂ ਤੋਂ ਜਿਹੜੀ ਚੱਲ ਰਹੀ ਹੈ ਸਾਡੀ ਇਸ ਤੋਂ ਬਾਅਦ 2021 ਦੇ ਵਿੱਚ ਆ ਕੇ ਪੰਜਾਬ ਪੁਲਿਸ ਦੀ ਭਰਤੀ ਨਿਕਲੀ ਪੰਜਾਬ ਪੁਲਿਸ ਦੀ ਭਰਤੀ ਨਿਕਲਣ ਤੋਂ ਬਾਅਦ ਇਹ ਅਸੀਂ ਬੱਚਿਆਂ ਨੂੰ ਫ੍ਰੀ ਆਫ ਕਾਸਟ ਫਿਜ਼ੀਕਲ ਦੀ ਟ੍ਰੇਨਿੰਗ ਤੇ ਲਿਖਤੀ ਪ੍ਰੀਖਿਆ ਜਿਹੜੀ ਸੀ ਹੋਣੀ ਸੀ ਉਹਦੀ ਟ੍ਰੇਨਿੰਗ ਫ੍ਰੀ ਆਫ ਕਾਸਟ ਦੇਣੀ ਸ਼ੁਰੂ ਕੀਤੀ ਮੇਰੇ ਨਾਲ ਹੋਰ ਵੀ ਬਹੁਤ ਟੀਚਰ ਸਹਿਬਾਨ ਸੀ ਸਾਡੇ ਸੀਨੀਅਰ ਅਫਸਰਾਂ ਨੇ ਜਿਵੇਂ ਸਾਨੂੰ ਗਾਈਡ ਕੀਤਾ ਸਾਡੇ ਜਿਹੜੇ ਸਿਵਲ ਦੇ ਸੀ ਡੀ ਸੀ ਸਾਹਿਬ ਉਹਨਾਂ ਵੱਲੋਂ ਵੀ ਜਿਵੇਂ ਸਾਨੂੰ ਗਾਈਡ ਕੀਤਾ ਗਿਆ ਅਸੀਂ ਉਸ ਟਾਈਮ ਉਹਨਾਂ ਬੱਚਿਆਂ ਨੂੰ ਫਰੀ ਆਫ ਕਾਸਟ ਜਿਹੜੀ ਟ੍ਰੇਨਿੰਗ ਦਿੱਤੀ ਤੇ ਸਾਡੇ ਕਾਫੀ ਬੱਚੇ ਆ ਜਿਹੜੇ ਇਥੋਂ ਸਿਲੈਕਟ ਹੋ ਗਏ ਗਏ ਕੁਝ ਕਮਿਸ਼ਨਰ ਅਫੀਸਰ ਲੁਧਿਆਣਾ ਹੀ ਸਿਲੈਕਟ ਹੋਏ ਨੇ ਬੱਚਿਆਂ ਸਾਡੀਆਂ ਇੱਕ ਲੜਕੀ 7th IRB ਕਪੂਰਥਲੇ ਸਿਲੈਕਟ ਹੋਈ ਆ ਇਸੇ ਤਰ੍ਹਾਂ ਹੀ ਸਾਡੀ ਰੁਟੀਨ ਇਸ ਟਾਈਮ ਵੀ ਇਹੀ ਚੱਲ ਰਹੀ ਆ ਵੀ ਅਸੀਂ ਇੱਥੇ ਇਸ ਟਾਈਮ ਵੀ ਫਿਜ਼ੀਕਲ ਦੀ ਟ੍ਰੇਨਿੰਗ ਆ ਜਿਹੜੀ ਫਰੀ ਆਫ ਕਾਸਟ ਗੋਦਿਆਲਾ ਸਟੇਡੀਅਮ ਦੇ ਵਿੱਚ ਦੇ ਰਹੇ ਆ ਤੇ ਨਾਲ ਨਾਲ ਪੜ੍ਹਾਈ ਵੀ ਉਹਨਾਂ ਨੂੰ ਜਿਹੜੀ ਸਟੱਡੀ ਕਰਵਾ ਰਹੇ ਆ ਇਸ ਤੋਂ ਬਗੈਰ ਜਿਹੜੀ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਦੀਆਂ ਬੱਚਿਆਂ ਵਿਆਹ ਵਾਸਤੇ ਜਦੋਂ ਸਾਡੇ ਤੱਕ ਅਪਰੋਚ ਕਰਦੇ ਨੇ ਵੀ ਸਾਡੇ ਕੋਲੇ ਕੋਈ ਹੈ ਨਹੀਂਗਾ ਮਤਲਬ ਰਾਸ਼ਨ ਵਾਸਤੇ ਜਾਂ ਕੋਈ ਹੋਰ ਸਾਨੂੰ ਲੜੀਂਦੀ ਚੀਜ਼ ਆ ਅਸੀਂ ਉਹ ਪ੍ਰੋਵਾਈਡ ਕਰਦੇ ਆ ਉਹ ਸਾਰੀਆਂ ਭੈਣਾਂ ਨੂੰ ਅਸੀਂ ਫਿਰ ਆਪਦੇ ਹੱਥੀ ਹੁਣ ਤੱਕ ਮੈਂ 6 ਵਿਆਹ ਕਰ ਚੁੱਕੇ ਆ ਜੀ ਜਿਹੜੀਆਂ ਭੈਣਾਂ ਦੇ ਆਪਣੇ ਹੱਥੀ ਇਸ ਦੇ ਨਾਲ ਹੀ ਕਈ ਜਦੋਂ ਕਿਤੇ ਆਉਂਦੀ ਆ ਵੀ ਕਿਸੇ ਬੱਚੇ ਦੀ ਫੀਸ ਰਹਿੰਦੀ ਆ ਉਹ ਕਿਸੇ ਕਾਰਨ ਕਰਕੇ ਆਪਣੇ ਸਕੂਲ ਦੀ ਫੀਸ ਆ ਜਿਹੜੀ ਨਹੀਂ ਦੇ ਸਕਿਆ ਉਹ ਸਕੂਲ ਦੀ ਫੀਸ ਵੀ ਜਿਵੇਂ ਪਿੱਛੇ ਜੇ ਇੱਕ ਰੌਲੀ ਤੋਂ ਮੇਰੇ ਵੀਰ ਨੇ ਮੈਨੂੰ ਫੋਨ ਕੀਤਾ ਉਹ ਮੇਰੇ ਨਾਲ ਇੱਥੇ ਸਟੂਡੈਂਟਸ ਜੀ ਮੇਰਾ ਉਹਨੇ ਦੱਸਿਆ ਆ ਚੀਜ਼ ਇਦਾਂ ਵੀ ਬੱਚੀ ਦੀ ਫੀਸ ਆ ਜਿਹੜੀ ਉਹ ਦੇ ਨਹੀਂ ਸਕੀ ਤੇ ਇਸ ਕਰਕੇ ਉਹਨੂੰ ਸਕੂਲ ਦੇ ਵਿੱਚ ਬਾਰ ਬਾਰ ਸਕੂਲ ਟੀਚਰਸ ਵੱਲੋਂ ਆ ਕਿਆ ਜਰਾ ਫੀਸ ਜਮਾ ਕਰਾਉਣ ਤੋਂ ਉਹਨਾਂ ਨੇ ਮੇਰੇ ਧਿਆਨ ਚ ਲਿਆਂਦੀ ਤੇ ਮੈਂ ਉਹਨਾਂ ਨੂੰ ਉੱਥੇ ਸਕੂਲ ਦੇ ਆਪਣੀ ਸਕੂਲ ਫੀਸ ਹੈ ਜਿਹੜੀ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਪ੍ਰੋਵਾਈਡ ਕਰਵਾ ਕੇ ਆਇਆ ਇਸੇ ਤਰ੍ਹਾਂ ਹੋਰ ਵੀ ਸੋਸ਼ਲ ਵਰਕ ਆ ਜਿਹੜੇ ਰੈਗੂਲਰ ਚੱਲਦੇ ਆ ਰਹੇ ਨੇ ਜੀ ਤੇ ਬਾਕੀ ਜਿਹੜੀ ਡਿਊਟੀ ਦੇ ਦੌਰਾਨ ਆ ਅਸੀਂ ਆਪਣੇ ਜਿਹੜਾ ਡਿਊਟੀ ਤੋਂ ਅੱਗੇ ਦਾ ਟਾਈਮ ਚਾਹੇ ਪਿੱਛੇ ਦਾ ਟਾਈਮ ਜਾਂ ਛੁੱਟੀ ਤੇ ਹੋਣ ਤੇ ਬਾਅਦ ਮਤਲਬ ਇਹ ਸਾਰੀ ਜਿਹੜੀ ਗਾਰਗਜ਼ਾਰੀ ਕਰੀਦੀ ਆ ਕਿਉਂਕਿ ਡਿਪਾਰਟਮੈਂਟ ਦੇ ਨਾਲ-ਨਾਲ ਜੇ ਅਸੀਂ ਇਹ ਸੇਵਾ ਕਰਦੇ ਆ ਤੇ ਉਹ ਅਸੀਂ ਆਪਣੇ ਨਿੱਜੀ ਤੌਰ ਦੇ ਉੱਤੇ ਕਰਦੇ ਆਂ ਜੀ